ਸਹੀ ਕਹਿੰਦੇ ਲੋਕ, ਕੋਈ ਅਸਰ ਨੀ ਜੇ ਹਕੀਮ ਦੀ ਦਵਾਈ ਚ। ਹਕੀਮ ਤੇਰਾ ਬੇੜਾ ਗਰਕ ਹੋਣਾ ਹੀ, ਤੇਰਾ ਕੱਖ ਨੀ ਰਹਿਣਾ। ਡਾਕੂਆਂ ਨੇ ਘੋੜਿਆਂ ਤੇ ਆਣਾ, ਤੇਰੀਆਂ ਸਾਰੀਆਂ ਜਾਲੀ ਦਵਾਈਆਂ ਲੈ ਜਾਣੀ, ਘੋੜਿਆਂ ਚ ਭਰ ਕੇ ਲੈ ਜਾਣੀਆਂ ਹੀ। ਇੱਕ ਡਾਕੂ ਨੇ ਤੈਨੂੰ ਤਲਵਾਰ ਵੀ ਮਾਰਨੀ, ਉਹ ਮੈਂ ਕਿਸੇ ਕੋਲੋਂ 10,000 ਚੁੱਕ ਕੇ ਤੈਨੂੰ ਦਿੱਤਾ ਹਕੀਮ, ਮੈਨੂੰ ਤੇ ਕੋਈ ਆਰਾਮ ਨੀ ਆਇਆ, ਕੋਈ ਫਾਇਦਾ ਨੀ ਹੋਇਆ। ਭਲਵਾਨ ਤੇਰਾ ਵੀ ਬੇੜਾ ਗਰਕ ਹੋਏਗਾ, ਤੇਰਾ ਲੱਕ ਏਡਾ ਕੁ ਪਤਲਾ ਹੋ ਜਾਣਾ ਜਿਵੇਂ ਫਿਲਮੀ ਹੀਰ ਬੰਦਾ ਹੁੰਦਾ। ਓਏ ਭਲਵਾਨ ਤੇਰਾ ਬੇੜਾ ਗਰਕ ਹੋਣਾ ਹੀ, ਤੂੰ ਕਿਹਾ ਸੀ ਕਿ ਇਸੇ ਮਜੂਨ ਨਾਲ ਮੈਨੂੰ ਵੀ ਆਰਾਮ ਆਇਆ। ਉਹ ਝੂਠੀਆਂ ਗਵਾਹੀਆਂ ਦੇਣ ਵਾਲਿਆ, ਉਹ ਕਿਸੇ ਨੂੰ ਟਗਾ ਨਾ ਦੇਣ ਵਾਲਿਆ, ਜਿਹੜੇ ਡਾਕੂਆਂ ਨੇ ਹਕੀਮ ਦੀ ਦੁਕਾਨ ਲੁੱਟਣ ਆਉਣੀ ਨਾ, ਉਹਨਾਂ ਆਉਣਾ ਘੋੜਿਆਂ ਤੇ, ਤੇ ਤੂੰ ਅੱਖ ਬਚਾ ਕੇ ਡਾਕੂਆਂ ਤੋਂ ਕਿਸੇ ਘੋੜੇ ਤੇ ਛਾਲ ਮਾਰਨੀ ਆ, ਤੇ ਘੋੜੇ ਦਾ ਲੱਕ ਟੁੱਟ ਜਾਣਾ, ਤੇ ਡਾਕੂਆਂ ਨੇ ਡਾਂਗਾ ਨਾ ਤੇਰਾ ਲੱਕ ਤੋੜ ਦੇਣਾ। ਓਏ ਹਕੀਮ ਦਿਆ ਸ਼ਗਿਰਦਾ, ਉਹ ਤੈਨੂੰ ਮੈਂ ਕੀ ਬਦਵਾ ਦਵਾਂ, ਉਹ ਤੇਰਾ ਤੇ ਪਹਿਲਾਂ ਹੀ ਬੇੜਾ ਗਰਕ ਹੋਇਆ, ਉਹ ਤੇਰੇ ਤੇ ਪਹਿਲਾਂ ਹੀ 10 ਕਿਲੋ ਗੋਸ਼ਤ ਨਹੀਂ, ਪਰ ਛੱਡਾਂ ਮੈਂ ਤੈਨੂੰ ਵੀ ਨਹੀਂ, ਤੈਨੂੰ ਮੈਂ ਹਲਕੀਆਂ ਹਲਕੀਆਂ ਬਦਵਾਵਾਂ ਦਾਂਗਾ। ਹਕੀਮ ਵੱਲ ਤੇ ਆਉਣਾ ਨਾ ਡਾਕੂਆਂ ਨੇ, ਤੇਰੇ ਵੱਲ ਕੀੜੀਆਂ ਨੇ ਆਉਣਾ, ਤੇ ਤੈਨੂੰ ਧੂ ਕੇ ਲੈ ਜਾਣਾ। ਮੇਰਾ ਦਿਲ ਕਰਦਾ ਤੈਨੂੰ ਮੈਂ ਛੱਡਾਂ। ਦੁਨੀਆਂ ਵਾਲਿਓ, ਇਹ ਝੂਠੇ ਜੇ, ਇਹ ਸਾਰੇ ਝੂਠੇ ਜੇ, ਮੈਂ ਤੁਹਾਨੂੰ ਦੱਸ ਰਿਹਾ, ਇਹ ਝੂਠੇ, ਇਹਨਾਂ ਦੇ ਵੱਡੇ ਝੂਠੇ। ਇਹ ਮੇਰਾ 10,000 ਤੁਹਾਨੂੰ ਦੇਣਾ ਪਏਗਾ, ਤੇ ਮੈਂ ਸਾਰੀ ਦੁਨੀਆਂ ਨੂੰ ਇਹ ਮਾਈਕ ਦੇ ਜ਼ਰੀਏ ਸਾਰੀ ਦੁਨੀਆਂ ਨੂੰ ਦੱਸਾਂਗਾ। ਆ ਸੁਣੋ, 10,000 ਰੁਪਏ ਕਾ ਤੁਮੇ ਕੀਮਤੀ ਮਜੂਨ ਬਣਾ ਕੇ ਦਿਆ ਹੈ। ਰੱਖੋ ਆਪਣੇ ਕੋ ਮਜੂਨ, ਉਹ ਮੈਂ ਮਜੂਨ ਲਿਆ ਸੀ ਦਿਮਾਗ ਤੇਜ਼ ਕਰਨ ਵਾਸਤੇ, ਉਹ ਮੇਰਾ ਰਹਿੰਦਾ ਸਹਿੰਦਾ ਦਿਮਾਗ ਵੀ ਖਤਮ ਹੋ ਗਿਆ। ਉਹ ਮੈਂ ਔਰੇਂਜ ਟ੍ਰੇਨ ਤੇ ਬਹਿਣਾ ਸੀ, ਉੱਥੋਂ ਮੈਂ ਦਰਜਨ ਮਾਲਟੇ ਲੈ ਕੇ ਉਹਨਾਂ ਤੇ ਬਹਿ ਗਿਆ। ਜਿਹੜੇ ਕਿੰਨੂਆਂ ਤੇ ਬੈਠਾ ਸਾਂ, ਫਿੱਸੇ ਕਿੰਨੂ ਕਿੱਥੇ ਨੇ? ਉਹ ਤੇ ਮੈਂ ਪਾਇਆ ਮੱਝ ਅੱਗੇ, ਉਹ ਮੈਨੂੰ ਜੇ ਪਤਾ ਹੁੰਦਾ ਤੂੰ ਇੱਥੇ ਬੈਠਾ, ਮੈਂ ਤੇਰੇ ਅੱਗੇ ਪਾਉਣੇ ਸੀ ਆ ਕੇ। ਹਾਏ, ਉਹ ਮੈਂ ਸਕੂਲੋਂ ਬੱਚੇ ਲੈਣ ਗਿਆ, ਉਹ ਮੈਨੂੰ ਬੱਚੇ ਯਾਦ ਨੀ ਰਹੇ, ਉਹ ਸਕੂਲ ਦੀ ਕੰਟੀਨ ਤੋਂ ਮੈਂ ਨਾਨ ਹਲੀਮ ਲੈ ਕੇ ਘਰ ਆ ਗਿਆ। ਉਹ ਭਾਈ ਸਾਹਿਬ, ਕਿਆ ਫਜ਼ੂਲ ਮੁੱਦਾ ਡਾਲ ਰਹੇ ਹੋ ਹਕੀਮ ਸਾਹਿਬ ਪਰ? ਉਹ ਜਨਾਬ, ਇਹਦੀ ਮਜੂਨ ਖਾ ਕੇ ਮੇਰਾ ਦਿਮਾਗ ਪੁੱਠਾ ਹੋਇਆ। ਮੈਂ ਘਰੋਂ ਬਿਜਲੀ ਦਾ ਬਿੱਲ ਜਮਾ ਕਰਾਉਣ ਗਿਆ, ਉਹ ਜਾ ਕੇ ਬਿੱਲ ਦੇ ਪੈਸੇ ਮੈਂ ਦਰਬਾਰ ਦੇ ਗੱਲੇ ਚ ਪਾ ਆਇਆ। ਮੈਂ ਵਾਪਸੀ ਗਿਆ, ਮੈਂ ਕਿਹਾ ਕੋਈ ਗੱਲ ਨੀ, ਗਲਤੀ ਹੋ ਗਈ ਆ, ਮੈਂ ਗੱਲੇ ਚੋਂ ਕੱਢ ਲੈਣਾ। ਮੈਂ ਗੱਲੇ ਨੂੰ ਹੱਥ ਹੀ ਲਾਇਆ, ਮੈਨੂੰ ਮਲੰਗਾਂ ਨੇ ਲੰਮੇ ਪਾ ਲਿਆ। ਯਕੀਨ ਕਰਨਾ, ਇਹ ਜਿਹੜੇ ਮਲੰਗ ਸਨ, ਉਹ ਮੈਨੂੰ ਧੋਤਾ ਉਹਨਾਂ ਨੇ। ਦਰਬਾਰ ਕੇ ਮਲੰਗ ਤੋਂ ਵਾਕਈ ਬਹੁਤ ਤਗੜੇ ਹੋਤੇ ਹੈ। ਆਹੋ ਜੀ, ਜਿਨ੍ਹਾਂ ਨੇ ਰੋਟੀ ਦੇ ਨਾਲ ਚੌਲ ਖਾਣੇ, ਉਹਨਾਂ ਤਗੜੇ ਹੀ ਹੋਣਾ। ਭਾਈ ਸਾਹਿਬ, ਵੈਸੇ ਮੁਝੇ ਯਕੀਨ ਹੈ ਆਪਕੇ ਮਰਜ਼ ਕਾ ਇਲਾਜ ਜੋ ਹੈ ਵੋ ਸਾਈਕੈਟ੍ਰਿਸਟ ਜਾਂ ਕਿਸੀ ਦਿਮਾਗੀ ਅਮਰਾਜ਼ ਕੇ ਡਾਕਟਰ ਕੇ ਪਾਸ ਹੈ। ਉਹ ਯਾਰ, ਆਪ ਇਸ ਹਕੀਮ ਕੇ ਪਾਸ ਲੈਨੇ ਕੇ ਆ ਗਏ ਹੋ? ਜੀ, ਮੇਰੇ ਸੁਸਰ ਸਾਹਿਬ ਨੇ ਕਿਹਾ ਸੀ ਵੀ ਹਕੀਮ ਦਾ ਮਜੂਨ ਖਾ, ਤੇਰਾ ਦਿਮਾਗ ਤੇਜ਼ ਹੋ ਜਾਏਗਾ। ਅੱਛਾ, ਆਪਕੇ ਸੁਸਰ ਸਾਹਿਬ ਕਿਆ ਕੰਮ ਕਰਤੇ? ਉਹ ਜੀ ਫਾਰਗ ਹੀ ਹੁੰਦੇ ਨੇ, ਬਸ ਛੋਟੇ ਮੋਟੇ ਫਰਾਡ ਕਰ ਲੈਂਦੇ ਆ। ਬਸ ਤੋ ਆਪਕੇ ਸਾਥ ਫਿਰ ਫਰਾਡ ਹੋ ਗਿਆ? ਉਹ ਜੀ, ਐਸਾ ਵੈਸਾ ਫਰਾਡ, ਮੇਰਾ ਤੇ ਮਜੂਨ ਖਾ ਕੇ ਉੱਕਾ ਹੀ ਦਿਮਾਗ ਚਾਲੂ ਹੋ ਗਿਆ। ਘਰਦਿਆਂ ਮੇਰਿਆਂ ਨੇ ਕਿਹਾ ਵੀ ਜਾ 2 ਕਿਲੋ ਸਰੋਂ ਦਾ ਸਾਗ ਲੈ ਕੇ ਆ। ਮੈਂ 2 ਕਿਲੋ ਸਰੋਂ ਦਾ ਤੇਲ ਲੈ ਗਿਆ ਘਰ। ਲਓ ਜੀ ਹਕੀਮ ਸਾਹਿਬ ਜੀ, ਫਰਮਾਈਏ।
ਤੁਹਾਡੇ ਕੋਲ ਤਾਂ ਜ਼ਿਆਦਾ ਸੀਰੀਅਸ ਮਰੀਜ਼ ਆ ਗਿਆ, ਮੈਂ ਫਿਰ ਕਿਸੇ ਹੋਰ ਲੈ ਆ ਜਾਵਾਂਗਾ। ਤਸ਼ੀਫ ਤੇ ਰੱਖੇ ਬੈਠੀ ਤਾਂ ਸਹੀ। ਉਹ ਨਹੀਂ ਨਹੀਂ ਉਹ ਭਾਈ ਜਿਹੋ ਜਿਹਾ ਪਾਗਲ ਬੰਦਾ ਆ ਵੜਿਆ, ਇਹ ਨਾ ਹੋਵੇ ਜਾਂਦਿਆਂ ਆਪਣੀ ਸਾਈਕਲ ਇੱਥੇ ਹੀ ਛੱਡ ਜਾਵੇ ਤੇ ਮੇਰੇ ਮੋਢਿਆਂ ਤੇ ਚੜ ਜਾਏ। ਭਾਜੀ ਤੁਸੀਂ ਵੀ ਮਰੀਜ਼ ਹੀ ਹੋ ਜੀ ਜਨਾਬ? ਅੱਛਾ, ਮੈਂ ਤੇ ਤੁਹਾਨੂੰ ਵੀ ਬਦਵਾ ਦੇਣ ਲੱਗਾ ਹਾਂ, ਮੈਂ ਕਿਹਾ ਖਰੇ ਤੁਸੀਂ ਯਕੀਨ ਨਾਲ ਦੁਕਾਨ 'ਚ ਹਿੱਸਾ ਪਾਇਆ ਹੈ। ਉਹ ਨਹੀਂ ਨਹੀਂ ਪੁੱਤਰ, ਮੈਂ ਤੇ ਆਪ ਮਰੀਜ਼ ਹਾਂ। ਇਹ ਤੇ ਅੱਲਾ ਦਾ ਸ਼ੁਕਰ ਹੈ, ਤੇਰੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ, ਮੈਂ ਬਚ ਗਿਆ, ਨਹੀਂ ਤੇ ਮੈਂ ਵੀ ਪਾਗਲ ਹੋ ਜਾਣਾ ਸੀ। ਵੈਸੇ ਤੈਨੂੰ ਇੱਕ ਗੱਲ ਦੱਸਾਂ, ਮੈਂ ਅੰਦਾਜ਼ਾ ਇਹ ਲਾਇਆ ਕਿ ਅਸਲ ਕਸੂਰਾਵਾਰ ਉਹ ਪਰਲਾ ਬੈਠਾ ਹੀ ਮੋਟਾ, ਇਹ ਸਹੀ ਕਸੂਰਾਵਾਰ ਇਹ ਵੇ ਆ ਜਿਹੜਾ ਹਰ ਮਰੀਜ਼ ਨੂੰ ਕਹਿੰਦਾ ਕਿ ਮੈਨੂੰ ਵੀ ਇਹੋ ਹੀ ਬਿਮਾਰੀ ਸੀ ਤੇ ਮੈਂ ਹਕੀਮ ਸਾਹਿਬ ਦੀ ਦਵਾਈ ਨਾਲ ਠੀਕ ਹੋਇਆ, ਇਹਨੂੰ ਛੱਡ ਦੇ, ਉਹਨੂੰ ਦੇ ਬਦਵਾਵਾਂ, ਉਹਨੂੰ ਬੈਠੋ ਫਿਰ ਰਲ ਕੇ ਹੀ ਬਦਵਾਵਾਂ ਦੇਣੇ ਆ ਇਹਨੂੰ। ਚਲੋ ਬਿਸਮਿਲ੍ਲਾ ਸ਼ੁਰੂ ਹੋ ਜਾਵੋ। ਕਿਊਟ ਬਦਵਾਵਾਂ ਜਿਵੇਂ ਨੂਰ ਜਾਨ ਤੇ ਮਹਿੰਦੀ ਹਸਨ ਨੀ ਗਾਣਾ ਗਾਉਂਦੇ ਆ। ਹਾਂ ਚਲੋ ਲੈ ਵੀ ਮੋਟਿਆ ਤਿਆਰ ਹੋ ਜਾ, ਇੱਕ ਮਿੰਟ ਠਹਿਰ ਜਾ, ਪਹਿਲੇ ਮੈਨੂੰ ਇਹ ਦੱਸ ਦੇ ਕਿ ਮਜੂਨ ਖਾਧੀ ਕਾਹਦੇ ਨਾਲ ਸੀ? ਚਮਚੀ ਨਾ ਉਹ ਬਜ਼ੂਰੀ ਸ਼ਰਬਤ ਨਾ ਖਾਣੀ ਸੀ, ਖਾਲੀ ਮਜੂਨ ਖਾਂਦਾ ਰਿਹਾ, ਤੇਰਾ ਦਿਮਾਗ ਫੋਰ ਖੁਸ਼ਕ ਹੋ ਗਿਆ। ਉਹ ਭੁੱਲ ਹੋ ਗਈ ਮੇਰੇ ਕੋਲੋਂ ਦੁਨੀਆ ਵਾਲੇ, ਉਹ ਮੇਰੇ ਕੋਲ ਭੁੱਲ ਹੋ ਗਈ। ਉਹ ਮੈਨੂੰ ਕਿਹਾ ਸੁਣਿਆ ਮਾਫ਼ ਕਰਨਾ, ਮੈਂ ਜੋ ਵੀ ਤੁਹਾਨੂੰ ਕਿਹਾ ਮੈਨੂੰ ਮਾਫ਼ ਕਰਨਾ, ਗਲਤੀ ਮੇਰੀ ਸੀ, ਭੁੱਲ ਹੋ ਗਈ ਮੇਰੇ ਕੋਲੋਂ, ਮੇਰੇ ਕੋਲੋਂ ਭੁੱਲ ਹੋ ਗਈ ਭਰਾਵਾ। ਓਏ ਭੁੱਲ